पर फिर मैं सोचा गुस्सा बहुत थी तेरे ते। दिल करता सी बहुत हड़ के बाहर कड़ा पर फिर मैं सोचा भी जड़ा कुछ तो किया अपनी छोटी वास्ते किया पर इन्ना कि यकीन तो है ना भी तू मैं दसना सी है ना साथ ही दिता मैं तेरा बस मैं तो कुछ समझ नहीं आया की कर दी मैं करना की सी बस एक बार आके मैं सच दस दी कोई ना कोई हल मैं आप ही कर लेना चल हूँ भी मैं थाने जाके ना रिपोर्ट तो दे ही आया ठीक है पर जे साले मैनू बाहर मिल जाते ना कितने मैं एक पासा कर देना सी इन्ना गुस्सा ना करो नाले थाने तो सिर्फ लिखा दी पर फिर भी माड़ा मोटा देख समझ के जे बार लोगों को पता चल गया फिर हाँ यार नाले उन्हों को ले अपने वीडियो फुटेज ने ता ही तो मैं चुप हाँ पर जे तुसी मैनू सच दस देंदे आना ऑप्शन नहीं आनी सी चल छड यार बस ये गल है ना अज रात दिन इत्थे ही खत्म करते ते कल एक नवी सवेर चलूगी आप जिंदगी नवे सिरे तो जावे ठीक है ना कोई भी गल होगी मैं दस देगा ठीक है चल सोने में आना तुम भी सो लो से छेती उठा के ठीक है ठीक है। चल पहला दस दिन ना मैं तेन उड़ी जाना चल ठीक है मैं चल ठीक है जी टाइम ना लगेगा शाम नु कोई नहीं आ जाऊंगा टाइम चल ठीक है बाय मेनू की पता थीगा मम्मी बस करो तुसी कानू दवे मुर्दे खेड़दे हो नहीं बस कर तेरी चमड़ाई होई है ये जेडी सहे दिन दी तू ताही ते ही चंपल गई इत्थे तक गल्लां आईयां ने नाले मुंडिया दा कोट नहीं हुंदा ठीक आ मुंडे च अगला खोट सारा मुंडे च कढ दिंदा गा खोट दा अद्धा सोडे च हुंदा गा नहीं किसे दी की हिम्मत आ भी कुछ कह दूगा अगला किसे दे सामने देखण दे लायक नहीं सड्डी मैं जे मैनू आए पता हुंदा मैं कानू जमदी तेनू ना ही जमदी यही जी नू मेरी नीवी पै जांदी आ नाले पुत्त मैं तां तैनू गलत समझदी रही आ गी नाले मैं तैनू गलत की समझदी थी सारी दुनिया समझदी नूहां नूं गलत धीआं नूं नहीं कोई कहिंदा हुंदा आई नहीं पता हुंदा वी धीआं च वी खोट ने
चलो कोई ना मां, मैनू पता ना तू मेरा कर दिया पर दुनिया तो की लेना। कहता कहता पुत भी दुनिया तो की लेना गा, पर मेरा मन तो कोई नहीं कहता है। चल कोई ना तू ही समझा दी उन्होंने। सत्तर खा के जाया करूगी। चल कोई ना मां तू गुस्सा ना कर। ਲੈ ਪ੍ਰੀਤ ਐ ਥੋੜੀ ਨਾ ਖਰੀਦਾ ਹੁੰਦਾ, ਦੱਸ ਬੋਲੀ ਨਾ ਬਣ। ਜੇ ਮੰਮੀ ਨੇ ਕੁਛ ਕਹਿ ਵੀ ਦਿੱਤਾ ਫਿਰ ਕੀ ਹੋਇਆ, ਤੇਰੇ ਭਲੇ ਵਾਸਤੇ ਕਿਹਾ। ਉਹ ਤਾਂ ਹੈ ਬਾਬੀ, ਪਰ ਮੰਮੀ ਨੂੰ ਇਹ ਸਭ ਕਹਿਣ ਦੀ ਕੀ ਲੋੜ ਸੀਗੀ? ਨਾਲੇ ਦੇਖ ਮੇਰੀ ਇਹਦੇ ਵਿੱਚ ਕੀ ਗਲਤੀ ਆ, ਮੈਂ ਤਾਂ ਉਹਨੂੰ ਸਿਰਫ ਪਿਆਰ ਹੀ ਕੀਤਾ ਸੀ ਨਾ, ਉਹਨੇ ਮੇਰੇ ਪਿਆਰ ਦਾ ਗਲਤ ਫਾਇਦਾ ਚੁੱਕਿਆ, ਇਹਦੇ ਵਿੱਚ ਮੈਂ ਕੀ ਕੀਤਾ? ਦੇਖ ਚੇਤ ਸਮਝਦਿਆ ਸੀ ਪਰ ਤੇਰੇ ਦਰਦ ਨੂੰ, ਪਰ ਹੁਣ ਮੰਮੀ ਵੀ ਕੀ ਕਰੇ, ਉਹ ਵੀ ਦੁਖੀ ਆ। ਉਹ ਤੈਨੂੰ ਨਹੀਂ ਕਹਿਣਗੇ, ਹੋਰ ਦੱਸ ਕਿਹਨੂੰ ਕਹਿਣਗੇ? ਗਲਤੀ ਤੇਰੀ ਹੈਗੀ ਆ ਨਹੀਂ? ਫਿਰ ਗਲਤੀ ਤਾਂ ਮੇਰੀ ਹੈਗੀ ਆ, ਮੈਂ ਮੰਨਦੀ ਹਾਂ। ਨਾਲੇ ਤੂੰ ਐਂ ਦੱਸ, ਤੂੰ ਕਾਲਜ ਕਿਉਂ ਨਹੀਂ ਜਾਣਾ? ਅਭੀ ਤੁਹਾਨੂੰ ਕੀ ਦੱਸਾਂ, ਹੁਣ ਤਾਂ ਮੈਨੂੰ ਨਾ ਜਦੋਂ ਮੈਂ ਘਰੋਂ ਬਾਹਰ ਪੈਰ ਰੱਖਦੀ ਹਾਂ ਨਾ, ਮੈਨੂੰ ਐਂ ਲੱਗਦਾ ਵੀ ਉਹ ਨਾ ਉੱਥੇ ਬਾਹਰ ਖੜ੍ਹੇ ਹੋਣਗੇ। ਸੱਚੀ ਬਹੁਤ ਜ਼ਿਆਦਾ ਡਰ ਲੱਗਦਾ ਹੁਣ ਤਾਂ ਮੈਨੂੰ ਵੀ ਕਿਤੇ ਵੀ ਇੰਨਾ ਕੁਛ ਗਲਤ ਨਾ ਹੋ ਜਾਏ। ਤੂੰ ਕਿੱਦਾਂ ਦੀ ਗੱਲਾਂ ਕਰੀ ਜਾਂਦੀ ਆ, ਪਾਗਲ ਹੋ ਗਿਆ ਤੂੰ? ਜਦ ਹੁਣ ਅਸੀਂ ਤੇਰੇ ਨਾਲ ਚੱਲ, ਹੁਣ ਤਾਂ ਉਹਨਾਂ ਨੂੰ ਵੀ ਪਤਾ ਚੱਲ ਗਿਆ ਵੀ ਇਹਨਾਂ ਦੇ ਸਾਰੇ ਪਰਿਵਾਰ ਨਾ ਤੇਰੇ ਨਾਲ, ਫਿਰ ਤੂੰ ਕਾਹਤੋਂ ਡਰਦੀ ਹੈ? ਨਹੀਂ ਮੰਮੀ ਤੁਹਾਨੂੰ ਨਹੀਂ ਪਤਾ, ਹੁਣ ਨਹੀਂ ਉਹਨਾਂ ਦੀ ਹਿੰਮਤ ਹੈਗੀ ਵੀ ਤੈਨੂੰ ਉਹ ਕੁਛ ਕਹਿ ਵੀ ਜਾਊਗਾ। ਭਾਬੀ ਤੁਹਾਨੂੰ ਨਹੀਂ ਪਤਾ, ਪਤਾ ਮੈਨੂੰ ਰਾਤ ਨਾ ਬਹੁਤ ਡਰਾਵਣਾ ਸੁਪਨਾ ਆਇਆ ਕਿ ਮੈਂ ਨਾ ਸੁੱਤੀ ਪਈ ਹਾਂ ਔਰ ਉਹ ਮੇਰੇ ਕਮਰੇ 'ਚ ਆ ਗਿਆ। ਬਸ ਕਰ, ਤੂੰ ਕਿਉਂ ਉਲਟਾ ਸਿੱਧਾ ਸੋਚਦੀ ਰਹਿੰਦੀ ਆ? ਚੁੱਪ ਕਰ, ਚੁੱਪ ਕਰ, ਅਸੀਂ ਤੇਰੇ ਨਾਲ ਹੈ। ਨਾਲੇ ਪੁੱਤ ਅੰਦਰ ਬੈਠ ਕੇ ਤਾਂ ਸਰਨਾ ਨਹੀਂ ਹੈਗਾ, ਤੇਰੇ ਵਰਗੇ ਹੋਰ ਵੀ ਬਹੁਤ ਕੁੜੀਆਂ ਨੇ ਜਿਨ੍ਹਾਂ ਨੇ ਇਹ ਕੁਛ ਹੋਇਆ, ਉਹਨਾਂ ਨੇ ਕੀ ਜਿਉਣਾ ਛੱਡਤਾ? ਨਹੀਂ ਨਾ, ਉਹ ਵੀ ਆਪਣੀ ਜ਼ਿੰਦਗੀ ਜੀ ਰਹੀਆਂ ਨੇ ਨਾ, ਤਾਂ ਤੂੰ ਵੀ ਆਪਣਾ ਹੌਸਲਾ ਨਾ ਛੱਡ, ਠੀਕ ਹੈ? ਬਰੇਵ ਬਣ ਮਾੜੀ ਮੋਟੀ। ਅਤੇ ਨਾਲੇ ਤੇਰੇ ਵੀਰਾਂ ਨਾਲ ਮੇਰੀ ਰਾਤ ਗੱਲ ਹੋਈ ਸੀ, ਉਹਨਾਂ ਨੇ ਪੁਲਿਸ ਥਾਣੇ ਗੱਲ ਕਰੀ ਆ, ਜਲਦੀ ਕੋਈ ਇਨਕੁਆਇਰੀ ਕਹੂਗੀ। ਤੂੰ ਹੁਣ ਐਂ ਦੱਸ, ਮੇਰੀ ਭੈਣ ਕੱਲ੍ਹ ਜਾਊਗੀ ਨਾ ਕਾਲਜ? ਹਾਂ ਭਾਬੀ ਜੀ, ਆ ਹੋਈ ਨਾ ਫਿਰ ਸਿਆਣੇ ਵਾਲੀ ਗੱਲ। ਸ਼ਾਲੂ, ਉਹ ਸ਼ਾਲੂ ਰੋਟੀ ਤਾਂ ਦੇ ਦੇ ਯਾਰ। ਮਾੜਾ ਮੋਟਾ ਦੇਖ ਤੇ ਲਿਆ ਕਰ, ਤੁਹਾਡੇ ਬੈਚ ਮੈਂ ਕੋਦੀ ਰੋਟੀ ਪਾ ਦੇ। ਮੈਂ ਤੁਸੀਂ ਹੱਥ ਕਰਦੇ ਹੋ, ਯਕੀਨ ਨਹੀਂ ਹੈਗਾ, ਪੈਕ ਕਰਕੇ ਮੈਂ ਰੋਟੀ ਤੁਹਾਡੀ ਕੋਦੀ। ਹੋ ਯਕੀਨ ਤਾਂ ਹੈਗਾ, ਪਰ ਇਹ ਗੱਲ ਤੇ ਵੀ ਕਦੇ ਟਾਈਮ ਤੇ ਨਹੀਂ ਬਣਾ ਸਕਦੀ ਰੋਟੀ। ਮਾਂ ਨੇ ਬਣਾਈ ਹੈ ਨਾ, ਮਾਂ ਨੇ ਬਣਾਈ ਹੈ ਨਾ? ਉਹ ਨਹੀਂ, ਮੈਂ ਬਣਾਈ ਆ, ਦੇਖੀ ਕਿਵੇਂ ਦੇ ਗੱਲਾਂ ਕਰਦੇ ਹੋ ਤੁਸੀਂ। ਨਹੀਂ, ਤੂੰ ਕਾਲਜ ਜਾਏਂਗੀ ਅੱਜ? ਹਾਂ। ਮਾਂ ਦੇ ਹੱਥ ਤਾਂ ਪੂਰੀ ਪਹਿਲੀ ਤਿਆਰ ਹੋ ਗਈ, ਦੇਖ। ਭਾਬੀ ਤੂੰ ਸੋਹਣੀ ਲੱਗ ਰਹੀ ਹੈ ਨਾ, ਬਹੁਤ ਸੋਹਣੀ ਲੱਗ ਰਹੀ ਹੈ, ਲੱਗਣ ਨਾ ਲੱਗਦੇ ਕਿਤੇ ਠੀਕ ਹੈ। ਵਹਿਲੋ ਨਾਜ਼ਰਾਂ ਦੇ ਚੱਕਰ 'ਚ ਮੈਨੂੰ ਨਾ ਲੇਟ ਕਰਦੇ ਹੋ। ਚੱਲ ਜੰਮੇ ਜਾ, ਲੱਗ ਜਾ। ਸੱਚੀ ਪੁੱਤ ਜੇ ਨੌਕਰੀ ਮਿਲ ਜੇ ਵਧੀਆ, ਸਾਰੇ ਰੋਣੇ ਦੋਣੇ ਜੇ ਧੋਏ ਜਾਣਗੇ ਆਪਣੇ ਦਾ। ਹੋਰ ਨਾਲੇ ਜਿਹੜੀ ਟੈਨਸ਼ਨ ਕਰਦੀ ਆ ਨਾ ਉਹ ਛੱਡੀ ਜਾਊਗੀ ਇਹਦੇ। ਹਾਂ ਹੁਣ ਬਾਹਰ ਜਾਊਗੀ, ਦੇਖ ਮਨ ਉਹਦਾ ਹੋਰ ਹੋ ਜੂਗਾ, ਉਹ ਇੱਧਰ ਢਿੱਡ ਚ ਡਰ ਜਾ ਬੈਠਿਆ ਪਿਆ ਸੀਗਾ। ਚੱਲ ਮਾਂ ਹੁਣ ਤੇਰਾ ਡਰ ਵੱਗ ਗਿਆ। ਚੱਲ ਠੀਕ ਆ ਪੁੱਤ, ਚਲੋ ਵਧੀਆ ਹੋਇਆ ਗਈ ਕਾਲਜ, ਲੈ ਹੁਣ ਤਾਂ ਆਪਾਂ ਦੋਨੇ ਸੱਸ ਨੂੰ ਫ੍ਰੀ ਆ। ਚੱਲ ਮੰਮੀ ਮੈਂ ਰੋਟੀ ਬਣਾਈ, ਤੁਸੀਂ ਵੀ ਰੋਟੀ ਖਾ ਲਓ। ਠੀਕ ਆ, ਚੰਗਾ ਆ ਜਾ, ਭੁੱਖ ਲੱਗ ਰਹੀ ਹੈ ਮੈਨੂੰ ਵੀ।
हैलो उस्ताद, पंछी तो पिंजरे तो बाहर आ गए। अच्छा अच्छा, वे वो कबूतरी की गल करता है। वो कली सी जा जोड़ा? ना ना, दो सी, पर नाल उहदा भाई सी। जोड़ा? वे फिर वो कबूतरी थोड़ी हुई, वे वो तो घुगी हुई। वो नहीं कुछ कर सकती, वो तो जे कुछ कर सकती है तो कुकू कू कुकू कू ही कर सकती है। वो नाले इस बार तो शिकार दोनों का करांगे, नाले भोरा चोगा तू चुग ली। वो कोई ना उस्ताद, टेंशन ना ले, चकदा है कम नू। चल ठीक है ठीक है, ओके। हूँ तो फोन वो भाभी ही लाने, नाले वो छेती डर जाती है। ਕਾਲ ਭਾਬੀ ਜੀ, ਸਿਆਣਿਆ ਕੌਣ? ਓਏ ਭੁੱਲ ਗਏ ਜਾਂ ਦੁਬਾਰਾ ਗੱਲ ਕਰਾਈਏ? ਕੌਣ ਬੋਲ ਰਹੇ ਹੋ ਤੁਸੀਂ? ਇੰਨੀ ਛੇਤੀ ਦਾ ਭੁੱਲਣਾ ਚਾਹੀਦਾ ਨਹੀਂ, ਬਾਕੀ ਤੈਨੂੰ ਜੇ ਕਹੇ ਯਾਦ ਕਰਵਾ ਦਿੰਦੇ ਆ। ਓਏ ਨਾਲੇ ਆਪਦੇ ਪੰਛੀਆਂ ਨੂੰ ਅਸਮਾਨ ਦੇ ਵਿੱਚ ਇੰਨੇ ਖੁੱਲੇ ਵੀ ਨਾ ਛੱਡੋ ਵੀ ਕਿਤੇ ਕੋਈ ਆਵਾਜ਼ ਆ ਜਾਵੇ ਤੇ ਆਪਦੇ ਪੰਜਾਂ 'ਚ ਜਕੜ ਕੇ ਨਾਲ ਹੀ ਲੈ ਜੇ ਤੇ ਪੰਛੀ ਮੁੜ ਕੇ ਆਪਦੇ ਘੌਂਸਲਿਆਂ ਨੂੰ ਨਾ ਪਰਤ ਸਕਣ। ਬਾਕੀ ਤਾਂ ਤੂੰ ਸਮਝਦਾਰੀ ਹੈ। ਵੈਸੇ ਵੀ ਅਸੀਂ ਪੁਲਿਸ ਥਾਣੇ ਨਾ ਰਿਪੋਰਟ ਦਰਜ ਕਰਾਤੀ ਆ। ਓਏ ਪੁਲਿਸ ਥਾਣੇ ਦੇ ਨਾਂ ਤਾਂ ਮੈਨੂੰ ਹਾਸੀ ਆਉਂਦੀ ਹੈ। ਨਾਲੇ ਤੁਸੀਂ ਨਾ ਜਿਹੜੇ ਮਰਜ਼ੀ ਪੁਲਿਸ ਥਾਣੇ ਅਤੇ ਜਿਹੜੇ ਮਰਜ਼ੀ ਮੰਤਰੀ ਕੋਲ ਵਗ ਜਿਓ, ਓਏ ਤੁਸੀਂ ਸਾਡਾ ਕੁਛ ਨਹੀਂ ਵਿਗਾੜ ਸਕਦੇ, ਸਾਰੇ ਪ੍ਰਬੰਧ ਕੀਤੇ ਹੋਏ ਨੇ। ਉਹ ਤੁਸੀਂ ਕਰ ਲਓ ਜੋ ਕਰਨਾ। ਹੁਣ ਤੂੰ ਚਾਹਨਾ ਕੀ ਆ, ਕਿਉਂ ਤੰਗ ਕਰ ਰਿਹਾ ਸਾਨੂੰ? ਚਾਹਨਾ ਕੀ ਹੈ? ਓਏ ਕੋਈ ਗੱਲ ਨਹੀਂ, ਉਹ ਵੀ ਦੱਸ ਦਾਂਗੇ। ਬਸ ਮੈਂ ਤਾਂ ਇਹੀ ਕਹਿਣਾ ਵੀ ਨਾ ਆਪਣੇ ਬੱਚਿਆਂ ਨੂੰ ਪਿੰਜਰੇ 'ਚ ਰੱਖੋ, ਕਿਤੇ ਇਹ ਨਾ ਹੋਵੇ ਕੋਈ ਕੋਈ ਦਬੋਚ ਕੇ ਪੱਕਾ ਹੀ ਖੁੱਡਿਆਂ 'ਚ ਬੰਦ ਕਰ ਲਏ। ਚੱਲ ਠੀਕ ਹੈ। ਹੁਣ ਭਾਲ ਦਾ ਕੀ ਆ, ਕੀ ਚਾਹੁੰਦਾ ਹੈ? तेरी समझ नहीं आ रही। ਕਿ ਮੁੰਡਾ ਕੀ ਸੋਹਣਾ ਗਾ ਦੇਖ, ਹਨ ਨਾਲੇ ਵਧੀਆ ਲੱਗਦਾ ਗਾ, ਸੁੱਖ ਨਾਲ ਆਪਣੀ ਪ੍ਰੀਤ ਵਾਸਤੇ ਰਿਸ਼ਤਾ ਤਾਂ ਬੁਲਾਈ ਸੋਹਣੇ ਕਰਦਾ ਆਇਆ ਗਾ, ਵੀ ਕਾਕੜੇ ਨੇ ਬੁਲਾਈ। ਹੋਰ ਮੰਮੀ, ਚਾਚੀ ਨੇ ਤਾਂ ਮਿੰਟਾਂ 'ਚ ਹੀ ਲੱਭਦਾ ਰਿਸ਼ਤਾ, ਹਜੇ ਪਰਸੋਂ ਤਾਂ ਕਿਹਾ ਸੀ ਉਹਨਾਂ ਨੂੰ। ਲੈ ਤੇਰੀ ਚਾਚੀ ਕੋਲ ਕੋਈ ਹੋਰ ਕੰਮ ਆਗਾ, ਉਹਦੇ ਕੋਲ ਤਾਂ ਰਿਸ਼ਤੇ ਵਾਲੀ ਕੰਮ ਆਗਾ, ਲੋਕਾਂ ਦੇ ਨਹੀਂ ਕਰਾਉਂਦੇ, ਕਿਸੇ ਦਾ ਮੁੰਡੇ ਦਾ ਕਰਾਤਾ ਰਿਸ਼ਤਾ, ਕਿਸੇ ਦੀ ਕੁੜੀ ਦਾ ਕਰਾਤਾ, ਹੈ ਨਾ? ਕੀ ਸੋਹਣਾ ਦੇਖ। ਆ ਗਈ ਪ੍ਰੀਤ ਤੂੰ? ਹਾਂਜੀ ਭਾਬੀ, ਬਹਿ ਜਾ। ਦੇਖ ਲੈ, ਮਿਲਦੀਆਂ ਤਾਂ ਆਏ ਨੇ ਜਿਵੇਂ ਪਾਸੇ ਤੋਂ ਆਈਆਂ ਹੁੰਦੀਆਂ ਨੇ, ਬਹਿ ਜਾ ਠੀਕ ਠਾਕ ਰਹੀ। ਪਹਿਲਾਂ ਮੈਂ ਤੁਸੀਂ ਇਹ ਦੱਸੋ ਕਿਸ ਬਾਰੇ ਵਿੱਚ ਤੋਂ? ਉਹ ਕੁਛ ਨਹੀਂ, ਤੂੰ ਬਹਿ ਜਾ, ਕੋਈ ਨਹੀਂ ਦੱਸ ਦੂੰਗੀ। ਕੁਛ ਤਾਂ ਹੈ, ਦੱਸੋ ਦੱਸੇ। ਦੱਸਿਆ ਦੇ, ਫਿਰ ਕੀ ਹੁੰਦਾ ਹੈਗਾ? ਤੇ ਕਿਆ ਫੋਟੋ? ਬਹਿ ਜਾ ਪੁੱਤ, ਤੂੰ ਬਹਿ ਕੇ ਦੇਖ ਫੋਟੋ। ਆਹ ਦੇਖ, ਸੋਹਣਾ ਮੁੰਡਾ ਨਾ, ਕੀ ਸੋਹਣਾ ਗਾ ਦੇਖ ਲੈ। ਪਰ ਮੈਨੂੰ ਕਿਸ ਲਈ ਦਿਖਾ ਰਹੇ ਹੋ? ਕਹਿੰਦੀ ਕਿਸ ਲਈ ਦਿਖਾ ਰਹੀ ਹੋ, ਦੇਖ ਕਿਵੇਂ ਕਰਦੀ ਆ। ਨਹੀਂ ਮੁੰਡਾ ਤੂੰ ਮੈਨੂੰ ਐਂ ਦੱਸ, ਮੁੰਡਾ ਕਹਿਣਾ ਸੋਹਣਾ ਦੇਖੀ, ਨੈਣ ਲੱਗ ਸੇ ਵਾਲਾ ਹੀ ਸੋਹਣੇ, ਚਿੱਟਾ ਚਿੱਟਾ ਪਿਆ ਦੁੱਧ ਵਰਗਾ, ਹੈਨਾ? ਪਸੰਦ ਆ ਤੇਰੇ ਮੁੰਡਾ? ਮੰਮੀ ਤੁਸੀਂ ਇਹ ਕੀ ਗੱਲਾਂ ਕਰ ਰਹੇ ਹੋ? ਮੈਂ ਹੁਣ ਤੇ ਵਿਆਹ ਨਹੀਂ ਕਰਾਉਣਾ ਤੇਰੇ ਵਾਸਤੇ ਪੁੱਤ, ਇਹ ਮੁੰਡਾ ਹੋਰ ਕੀ ਦੱਸ ਵੀ ਅਸੀਂ ਵਿਆਹ ਕਰਵਾਵਾਂਗੇ। ਆ ਦੇਖ। ਪਰ ਮੰਮੀ ਮੇਰੀ ਗੱਲ ਸੁਣੋ, ਮੈਂ ਮਸਾ ਮਸਾ ਤਾਂ ਸਹੀ ਹੋਈ ਹਾਂ, ਤੁਸੀਂ ਮੈਂ ਨਹੀਂ ਚਾਹੁੰਦੀ ਵੀ ਹਲੇ ਮੈਂ ਮੈਰਿਜ ਨਹੀਂ ਕਰਵਾਉਣਾ ਚਾਹੁੰਦੀ, ਮੈਂ ਇਹਨਾਂ ਮਜਬੂਰੀਆਂ 'ਚ ਨਹੀਂ ਆਉਣਾ ਚਾਹੁੰਦੀ ਹੁਣ। ਪਲੀਜ਼ ਮੈਨੂੰ ਪੜ੍ਹ ਲੈਣ ਦਿਓ। ਨਹੀਂ ਕੋਈ ਨਾ, ਪੜ੍ਹ ਵੀ ਲੈ, ਪੜ੍ਹਨੋਂ ਕਿਹੜਾ ਅਸੀਂ ਹਟਾਉਂਦੇ ਹਾਂ। ਕੋਈ ਨਾ ਪੁੱਤ, ਦੇਖ ਅੱਜ ਨਹੀਂ ਤਾਂ ਕੱਲ੍ਹ ਰਿਸ਼ਤਾ ਤਾਂ ਕਰਨਾ ਹੀ ਹੈਗਾ। ਪਲੀਜ਼ ਭਾਬੀ ਤੁਸੀਂ ਸਮਝਾਓ ਨਾ, ਮੈਂ ਹਜੇ ਮੈਰਿਜ ਨਹੀਂ ਕਰਵਾਉਣਾ ਚਾਹੁੰਦੀ। ਪੁੱਤ ਤੂੰ ਵੀ ਸਮਝ, ਇੰਨੇ ਵਧੀਆ ਘਰੋਂ ਰਿਸ਼ਤਾ ਆ, ਹੁਣ ਆਪਾਂ ਇਹਨੂੰ ਠੁਕਰਾਉਂਦੇ ਚੰਗੇ ਨਹੀਂ ਲੱਗਦੇ ਹੈਗੇ। ਨਹੀਂ ਮੇਰੀ ਗੱਲ ਸੁਣਤੀ ਏ, ਇੰਨਾ ਤਾਂ ਉਹਨਾਂ ਦੇ ਘਰ ਤਕੜਾ ਬੁਲਾਈ, ਸੁੱਖ ਨਾਲ ਪੈਨਾ ਨੇ ਦੋ ਤਾਂ ਘਰ ਦੀਆਂ ਵੱਡੀਆਂ। ਤੂੰ ਰਾਜ ਕਰੇਂਗੇ ਅਸੀਂ ਤੇਰੇ ਵਾਸਤੇ ਭਲਾ ਹੀ ਸੋਚ ਰਹੇ ਹਾਂ, ਦੱਸ
आई एम सॉरी मम्मी, आई एम सॉरी भाभी, पर मैं हले रिश्ता नहीं करवाना चाहती, प्लीज। नहीं की कमी है मुंडे चा? मम्मी प्लीज। ले देख ला, निकल गई हाथों से जमी, हाँ ही नहीं कर दी, ले दस पर दूगा हाँ बन बदलगे, अज नहीं तो कल ब्याह तो करनी आप। चल कोई ना मम्मी जी, तुम गुस्सा ना करो, मैं समझानी हूँ, मान जोगी कोई गल नहीं। आहो तू तो मेरे ठंडे छुट्टे आए करके ओरी मार दिया कर बस मम्मी। ओ चल कोई ना मम्मी जी, चुप करो सी, मैं कर देना गल। ले दस इक आह चाम चिड़क जी, इहदी चमची वाली है जम्मा। चल फिर मैनू भी किने राज कहना गा, मना के तां मैं हटूंगी, ब्याह तां इही मुंडे नाल करना, सुख नाल इन्ना सोहना मुंडा, दस कि उहदे च कीड़े पए ने हैं, मूं जा करके ना मैं इह ब्याह नहीं कराउणा, होर दस कद ब्याह करावेंगे। अज कल दे जवाक भी पई माँ बाप तो उत्ती चलन लग रहे, पर मैं नहीं चलन दिंदी हैगी, ये तो होरे लोगों के जवाक ने। प्रीत तू मम्मी की गल्ला दा ना गुस्सा ना करया कर। भाभी फिर मैं हुण की करा, तुहानूं तां पता ही है ना मम्मी हर वारी ना बस मैनूं ही माड़ा चंगा बोलदे रहिंदे ने, तैनूं पता नहीं हैगा मम्मी दे सुभाअ दा, उहनां दे एवें दे नेचर है, पहलां तैनूं वी लगदा हुंदा सी शायद मम्मा मैनूं बोलदे ने, पर तैनूं पता तां हैगा उहनां दा सुभाअ ही है जां उह की करना। भाभी मम्मी का तो छोड़ो, मम्मी तो चलना करती रहती है, पर तुसी तो समझो ना मैं हजे विआह दी तैयार नहीं हैगी, मैं पढ़ना चाहनी हाँ। प्रीत असी कहने भी तू अज ही विआह करा ला, तू एक बार मुंडे नूं देख लै मिल लै, की पता तेनूं वधिया ही लगे, मुंडा ना नाले पूरे खुले ख्याल ला, घर बार भी वधिया ऐश करेगी, सानू है तेरी जिंदगी सबर जे, नहीं असी कहूं तेनूं फोर्स करिए, की पता तेनूं पढ़न लाई देवे। भाभी वो तो तुहाडी गल सही आ, पर फिर भी ना मैं हजे तैयार नहीं हैगी मैरिज के, हाली मैनू ये सी तुहानूं पता ना मैं मसा मसा सैट हुई हाँ, फिर उही गल कर रही हो तुसी, बहुत डर लगता हुण मैनू इन्हां चीज़ां तों, और की पता विआह कराउण तों बाद तेरी जिंदगी च होर खुशियां आ जाए, तू भी समझ साडी गल, असीं तेरे वास्ते चंगा ही करदे, तू माड़ा नहीं सोचदे, एक बार तू फोटो देख, एक बार ध्यान नाल देख, तू मेरी तां मन ना एक बार देख, तेनूं पसंद आ मुंडा, एक बार तू गल कर लै, ब्याह आपां रुक के कर देंगे, मैं कहड़ा कहनी आं वी अज ही करनी आ ना, हुण इक टुक्की देखी जांदी आ, दस मुंडा सोहना लगे या नहीं। भाभी हुण मैं की दसां तुहानूं, मतलब हाँ समझ लै तेरी, एक बार तू मुंडे नूं मिल लै, की पता तेरी अगे पढ़ाई भी जारी करा दे, ठीक है, वैसे भी अजकल दे मुंडे सारे खुले ख्याल वाले ने, ठीक है ना। चल ठीक, मैं मम्मी नूं दस दी आं वी तेनूं मुंडा पसंद है, छेती मिलवाने फिर तुहानूं दोनां नूं। चल चंगा चंगा बैठ, मैं मम्मी नूं दस्सिया नाल तेरे वास्ते चाह बना के लेके आनी, ठीक है। काली कर दें, पहले आप नहीं करी, तू ही कर दी सब तो वध फोन बचोले नूं भी छेती ब्याह लो छेती ब्याह लो, तेरा दिमाग इना चलता है, मिनट च आ जाना गा तू मेरे को, आए कहती थी तू। चल चंगा होर है भी कौन, की सुनाऊंगा मैं तेनू ही सुनाऊंगा, मैं जाना आरती को, तू आरती ने भी की करने आएगा, वो रिश्ते बारे गल कर लूंगा भी पैसे जोड़ देगा सानू दे दूंगा दो चार। अच्छा तू आए कह भी पैसे बारे जाऊंगा रिश्ते जाऊंगा रिश्ते वाले लवे जाऊंगा ओदे लवे जाऊंगा और रिश्ते वास्ते आपां नूं ब्याह करन वास्ते पैसे दूंगा, मां तू ना अंतरे लिया कर, इक हैगी मेरे अंतरे लैन दी सच दस दे तेन पसंद है मुंडा कोई ना पुत्त आता गल करके अज तक कह के हाँ कह के मेरा दिल खुश करता।
ਮੰਮੀ ਮੈਂ ਕਿਹੜਾ ਤੁਹਾਡੇ ਤੋਂ ਬਾਹਰ ਹੈਗੀ ਆ ਬਸ ਜਿਵੇਂ ਤੁਹਾਨੂੰ ਮਨਜ਼ੂਰ ਤੁਸੀਂ ਕਰ ਦਿਓ ਠੀਕ ਆ ਪੁੱਤ ਮੈਂ ਤਾਂ ਖੁਸ਼ ਕਰਤਾ ਦਿਲ ਤੈਂ ਹੁਣ ਖੁਸ਼ੀ ਰਹੀ ਠੀਕ ਹੈ ਨਾ ਮੰਮੀ ਇਹ ਤਾਂ ਪੁੱਤ ਠੀਕ ਆ ਨਾਲੇ ਮੈਨੂੰ ਦੇਖਣ ਨੂੰ ਕੀ ਆ ਇਹ ਤਾਂ ਮੇਰੀਆਂ ਅੱਖਾਂ ਦਾ ਤਾਰਾ ਹੈਗਾ ਲੈ ਦੇਖਿਆ ਕੱਲ ਖਿੱਚਦੀ ਸੀ ਵੀ ਮੰਮੀ ਮੈਨੂੰ ਬੋਲਦੀ ਆ ਹੁਣ ਦੇਖ ਲੈ ਪਿਆਰ ਵੀ ਤੈਨੂੰ ਹੀ ਕਰਦੀ ਆ ਸਭ ਤੋਂ ਵੱਧ ਨਾ ਪੁੱਤ ਮਾਂ ਬਾਪ ਪਿਆਰ ਕਰਦੇ ਹੁੰਦੇ ਧੀ ਪੁੱਤ ਨੂੰ ਨਾਲੇ ਫਿਰ ਝਿੜਕਣ ਦਾ ਮੇਰੀ ਹੱਕ ਹੈਗਾ ਹੋਰ ਕਿਸੇ ਥੋੜੀ ਹੈਗਾ ਵੀ ਕੋਈ ਹੋਰ ਬਾਹਰੋਂ ਆ ਕੇ ਝਿੜਕੂਗਾ ਤੈਨੂੰ ਇਹ ਤਾਂ ਹੈ ਮੰਮੀ ਹੁਣ ਤੂੰ ਸੱਚੀ ਗੱਲ ਦੱਸ ਸੱਚੀ ਵਿਆਹ ਵਾਸਤੇ ਰਾਜੀ ਆ ਤੂੰ ਹਾਂ ਮੰਮੀ ਨਾਲੇ ਵੈਸੇ ਵੀ ਥੋੜੀ ਖੁਸ਼ੀ ਤੋਂ ਵੱਧ ਗਈ ਨਾ ਮੈਨੂੰ ਕੁਛ ਨਹੀਂ ਹੈਗਾਗਾ ਗੱਲ ਸੱਚੀ ਤੁਸੀਂ ਖੁਸ਼ ਤਾਂ ਬਸ ਮੈਂ ਖੁਸ਼ ਠੀਕ ਆ ਪੁੱਤ ਚੰਗਾ ਲੈ ਹੁਣ ਮੰਮੀ ਪਿਆਰੀ ਹੁਣ ਕੀ ਹੋਗਾ ਤੇਰੇ ਮੰਮੀ ਪੁੱਛ ਕੇ ਤੂੰ ਨਾ ਕੁਛ ਕਹੀਦੀ ਹੁਣ ਅੰਡਰ ਲੱਗਦਾ ਤੇਰੀ ਆਵਾਜ਼ ਤਾਂ ਮੈਨੂੰ ਕਾਹਨੂੰ ਵੀ ਗੱਲ ਦਾ ਸੁਣ ਲਓ ਹਾਂ ਦੱਸ ਉਹ ਚਾਚੀ ਦਾ ਫੋਨ ਆਇਆ ਸੀ ਉਹ ਕਹਿੰਦੀ ਵੀ ਇੱਕ ਸ਼ਰਤ ਹੈ ਵੀ ਮੁੰਡੇ ਵਾਲੇ ਦੀ ਮੈਂ ਮਰ ਜਾ ਸ਼ਰਤ ਕਿਤੇ ਕੋਈ ਮੰਗ ਤਾਂ ਨਹੀਂ ਹੈਗੀ ਉਹਨਾਂ ਦੀ ਉਹ ਨਹੀਂ ਮੰਮੀ ਮੰਗ ਨਹੀਂ ਹੈਗੀ ਮੁੰਡਾ ਕਹਿੰਦਾ ਮੈਂ ਕੁੜੀ ਨੂੰ ਮਿਲਣਾ ਵਿਆਹ ਤੋਂ ਪਹਿਲਾਂ ਪਰ ਭਾਬੀ ਮੈਨੂੰ ਡਰ ਲੱਗਦਾ ਮਿਲਣ ਤੋਂ ਲੈ ਇਹ 'ਚ ਡਰਨ ਵਾਲੀ ਕੀ ਗੱਲ ਆ ਉਹ ਫਾਲਤੂ ਤੋਂ ਤੈਨੂੰ ਕੀ ਪੁੱਛਣਾ ਉਹਨੇ ਉਹ ਤਾਂ ਸਿਰਫ ਇਹੀ ਪੁੱਛੂਗਾ ਵੀ ਹਾਂ ਤੂੰ ਵਿਆਹ ਨੂੰ ਰਾਜ਼ੀ ਹੈ ਨਹੀਂ ਕਿਉਂਕਿ ਅੱਜ ਕੱਲ੍ਹ ਸਾਰਿਆਂ ਨੂੰ ਐਂ ਹੁੰਦਾ ਨਾ ਮੁੰਡੇ ਕੁੜੀਆਂ ਨੂੰ ਵੀ ਕਿਤੇ ਕੋਈ ਧੱਕੇ ਨਾਲ ਨਾ ਵਿਆਹ ਹੋ ਰਿਹਾ ਹੋਵੇ ਅੱਛਾ ਅੱਛਾ ਹਾਂ ਪੁੱਤ ਫਿਰ ਕੀ ਹੁੰਦਾ ਕੁਛ ਨਹੀਂ ਹੁੰਦਾ ਇਹ ਕਿ ਕੋਈ ਬੜੀ ਗੱਲ ਆ ਗਈ ਨਾਲੇ ਤੂੰ ਐਂ ਦੱਸ ਤੇਰਾ ਭਰਾ ਤੇ ਮੈਂ ਵੀ ਤਾਂ ਮਿਲੇ ਸੀ ਵਿਆਹ ਤੋਂ ਪਹਿਲਾਂ ਇਹ ਤਾਂ ਆਪਦੇ ਤੇ ਗੱਲ ਰਹਿੰਦੇ ਦੋਨੇ ਜੀ ਉਹ ਦੂਆਂ ਦਾ ਇਹ ਉਦੋਂ ਜ਼ਿਆਦੇ ਅਸੀਂ ਵੀ ਤਾਂ ਇਹ ਕਰਿਆ ਤੀਆ ਛੋਡੇ ਲਿਸਣ ਕਰਨੇ ਨੇ ਸਾਰਿਆਂ ਨੇ ਦੇਖ ਲਾ ਚੰਗਾ ਐ ਕਰੋ ਹੁਣ ਕੰਮ ਕਾਰ ਕਰ ਲਓ ਕੋਈ ਚੱਲ ਚੰਗਾ ਮੰਮੀ ਮੈਂ ਕੰਮ ਧੰਦਾ ਕਰ ਲਾਂ ਹੁਣ ਬੋਲੋਗੇ ਵੀ ਕੁਛ ਜੀ ਮੈਂ ਕੀ ਬੋਲਾਂ ਤੁਸੀਂ ਬੋਲੋ ਤੇਰੀ ਸ਼ੁਰੂਆਤ ਵੀ ਹੁਣ ਮੈਨੂੰ ਹੀ ਕਰਨੀ ਪਈ ਹਾਂਜੀ ਮੈਂ ਤਾਂ ਐਵੇਂ ਕਹਿੰਦਾ ਸੀ ਤੁਸੀਂ ਸੋਚ ਰਹੇ ਹੋਵੋਗੇ ਵੀ ਮੈਂ ਇੱਥੇ ਵਿਆਹ ਤੋਂ ਪਹਿਲਾਂ ਕਿਵੇਂ ਬੁਲਾ ਲਿਆ ਨਾ ਹਾਂਜੀ ਮੈਂ ਸੋਚਿਆ ਤਾਂ ਸੀ ਪਰ ਫਿਰ ਮੈਂ ਸਮਝ ਗਈ ਸੀ ਵੀ ਕੋਈ ਨਾ ਕੋਈ ਰੀਜ਼ਨ ਹੋਣਾ ਹੁਣ ਇਹ ਦੱਸੋ ਵੀ ਕੀ ਰੀਜ਼ਨ ਸੀ ਉਹ ਰੀਜ਼ਨ ਤਾਂ ਇਹੀ ਸੀ ਯਾਰ ਵੀ ਹਰੇਕ ਦਾ ਨਾ ਆਪੋ ਆਪਣਾ ਪਾਸਟ ਹੁੰਦਾ ਲਾਈਫ ਦਾ ਅਤੇ ਮੈਂ ਹੀ ਮੇਰਾ ਵੀ ਹੈਗਾ ਸੀ ਮੈਂ ਇਹੀ ਕਹਿਣਾ ਗਾ ਵੀ ਤੁਸੀਂ ਜੇ ਤੁਹਾਡਾ ਕੋਈ ਪਾਸਟ ਹੈਗਾ ਤੁਸੀਂ ਫ੍ਰੀ ਮਾਈਂਡ ਹੋ ਕੇ ਮੇਰੇ ਨਾਲ ਗੱਲ ਕਰ ਸਕਦੇ ਨਹੀਂ ਨਹੀਂ ਜੀ ਮੇਰਾ ਕੋਈ ਪਾਸਟ ਨਹੀਂ ਅਤੇ ਦੂਜੀ ਗੱਲ ਤੁਸੀਂ ਇਹ ਰਿਸ਼ਤੇ ਤੋਂ ਕੁਛ ਤਾਂ ਹੈਗਾ ਹਾਂਜੀ ਬਸ ਜਿਵੇਂ ਘਰਦਿਆਂ ਨੂੰ ਮਨਜ਼ੂਰ ਹੈ ਮੈਂ ਉਹਨਾਂ ਦੇ ਨਾਲ ਸਹਿਮਤ ਹਾਂ ਫਿਰ ਤਾਂ ਮੈਂ ਸਹੀ ਸਮਝਾਂ ਅਤੇ ਪ੍ਰੀਤ ਮੈਨੂੰ ਇੱਕ ਪ੍ਰੋਮਿਸ ਕਰ ਹਾਂਜੀ ਵੀ ਅੱਜ ਤੋਂ ਬਾਅਦ ਨਾ ਕਦੇ ਵੀ ਆਪਣੇ 'ਚ ਕੋਈ ਝੂਠ ਨਹੀਂ ਹੋਊਗਾ ਜੀ ਆਪਾਂ ਸੱਚ ਨਾਲ ਹੀ ਸ਼ੁਰੂਆਤ ਕਰ ਰਹੇ ਹਾਂ ਰਿਸ਼ਤੇ ਦੀ ਤਾਂ ਜੋ ਆਪਾਂ ਅੱਗੇ ਜਾ ਕੇ ਖੁਸ਼ ਰਹਿ ਸਕੀਏ ਅਤੇ ਮੈਂ ਨਹੀਂ ਚਾਹੁੰਦਾ ਵੀ ਕੋਈ ਝੂਠ ਕਰਕੇ ਨਾ ਕੋਈ ਮੈਥੋਂ ਦੂਰ ਹੋਵੇ ਆਪਣਾ ਤੁਸੀਂ ਆਪਣੇ ਰਿਸ਼ਤੇ ਬਾਰੇ ਇੰਨਾ ਸੋਚਦੇ ਹੋ ਹੋਰ ਤੈਨੂੰ ਬਿਨਾਂ ਸੋਚੀ ਇੱਥੇ ਬੁਲਾ ਲਓ ਇਹ ਤਾਂ ਹੈ ਬਸ ਪ੍ਰੋਮਿਸ ਤੇ ਕਾਇਮ ਰਹਿੰਦਾ ਹਾਂਜੀ ਤੁਹਾਡਾ ਪ੍ਰੋਮਿਸ ਨਾ ਮੈਂ ਕਦੇ ਨਹੀਂ ਤੋੜੂੰਗੀ ਇਹ ਕੋਟ ਡਿਆ ਆਪਾਂ ਤਾਂ ਇਹਨੂੰ ਆਵਾਜ਼ ਬਣ ਕੇ ਡੁੱਕਣ ਨੂੰ ਫਿਰਦੇ ਤੇ ਉਹ ਆ ਕਬੂਤਰ ਨੂੰ ਤਾਂ ਕੋਈ ਬਰੋਲਾ ਉਹਦੇ ਵਿੱਚ ਸਮੇਟ ਕੇ ਲੈ ਗਿਆ ਉਹ ਦੇਖ ਉਸਤਾਦ ਆਪਾਂ ਉਹਦਾ ਤਾਂ ਕੁਛ ਕਰ ਨਹੀਂ ਸਕਦੇ ਉਹ ਜਿਹੜਾ ਨਾਲ ਬੈਠਾ ਉਹਦਾ ਤਾਂ ਕੁਛ ਕਰ ਸਕਦੇ ਹਾਂ ਸਾਰਾ ਪਤੰਗਲਾ ਸਮਾਨ ਪਿਆ ਪਿੰਡ ਵਿੱਚ ਕੱਲ੍ਹ ਤਾਂ ਕੁਛ ਸਹੀ ਕਰਕੇ ਚਲੀ ਆਪਣਾ ਸ਼ੁਕਰ ਹੈ ਆਪਣਾ ਤਾਂ ਕਿਹਾ ਹਾਂਜੀ ਚਲੋ ਠੀਕ ਹੈ ਫਿਰ ਮੈਂ ਚੱਲਦੀ ਹਾਂ ਠੀਕ ਹੈ ਮੈਂ ਤਾਂ ਭੁੱਲ ਹੀ ਗਿਆ ਸੀ ਵੀ ਸਹੁਰਿਆਂ ਦੀ ਜੂ ਆ ਗਈ ਕਿਤੇ ਹੋਰ ਕਿਸੇ ਸਾਲੇ ਨੇ ਦੇਖ ਲਿਆ ਕਹਿਣਗੇ ਪ੍ਰਾਹੁਣਾ ਦਾ ਪਹਿਲੀ ਫਿਰਦਾ ਤਾਂ ਹੀ ਚਲੋ ਮੈਂ ਚਲੀ ਜਾਂਦੀ ਹਾਂ ਚਲੋ ਠੀਕ ਹੈ ਬਾਏ ਧਿਆਨ ਨਾਲ ਜਾਇਓ ਬਾਏ ਉਹ ਦੇਖੋ ਟੱਡਿਆ ਉਹ ਬਹੁਤ ਟਾਈਮ ਹੋ ਗਿਆ ਹਜੇ ਤੱਕ ਆਈ ਨਹੀਂ ਹੋਰ ਮਾਰ ਦੂਰ ਤੱਕ ਨਹੀਂ ਗਾ ਉਸਤਾਦ ਆਉਂਦਾ ਕੀ ਗੱਲ ਹਾਂ
लगती होनी फिर भी पिंड चो आया बी मेरी फोन आली घर आली फोन आली घर आली हजे हुई तो नहीं ना होने वाली छोकरा हजे हुई नहीं की मतलब थोड़ा ओए मतलब ता की है क्यों फैगे नहीं करेले इधर थोड़े खाने हां मम्मी इक ते हरियां हरियां बेलां च दिखदे घट नहीं आ फड़े मम्मी ले पा दे आज तक करेले बनावांगे ठंड जी हो रही है नाल पत्ता जी ले प्रीत भी आ गई आ गई गुलाब दे फुल वांगू सच्ची दसा भाभी पहला मैं ना सारे मुंडिया ने इको जा समझदी सी पर सच्ची ये बहुत वधिया इंसान आ ओ गुस्सा क्यों करदा यार तू तो साडा वड्डा भाई है ओ नले आज तक तेरे फायदे दी गल करदे आ भी जे तेरे इहदे नाल रिश्ता हो जांदा फिर ओए आ तैं देख लिया भी की रंग खलाउंदी फिरदी है नाले इह इक वीडियो नहीं ओए तां बहुत वीडियो ने आ तो पतेलियां नु फोन ला रहे भाई फड़ो दे सची सोना ती का मुंडा हां जी मम्मी बहुत सोना सी फोटो भी देखी आपा हां नहीं सोना ती पहला तो फोटो तो भी बहुत सोना है हेलो हां जी पहुंच गए कि नहीं हां जी पहुंच गए मैं तो ये कहना सी कि अपना कल तू मिल सकदे कल नु की कल नु कल नु बुला रही हूं या फिर मिले ही फिर हाँ जी ठीक है अच्छा अभी आए भी हुंदा हुंदा गा नहीं मैं मर हूं कल नु फिर बुलाया गा हैं नहीं मैं मर जे मैं तो लगदा मेरी धी ज्यादा पसंद आई है ना ता ही बुलाया गा चल मम्मी चल कोई ना छेती हत्थे दे पीले होणगे मेनू लगदा हां टाइम टू नहीं लांदे चल कोई ना पुत्त फिर ठीक है चल तू चल ना मैं तो आज कड़ा बनाऊंगी सूजी दा ओ भी कदी खुशी आवे ना चल ला ला तेरे मैं पानी पीनी दा मंदर चंगा ओसु ले के भाई फोन हां भाई हजे भी फोन लाउणा नु ਕੋਈ ਲਾਉਣਾ ਪਿਆ ਐਡਾ ਬੜਾ ਸੱਚ ਉਹਨੇ ਮੈਥੋਂ ਲੁਕੋਇਆ ਓਏ ਹੋਰ ਬਈ ਆ ਤੈਨੂੰ ਦਿਖਾ ਤਾ ਦਿੱਤਾ ਓਏ ਕੀ ਚੱਤਰ ਮੰਤਰ ਖੇਡਦੀ ਫਿਰਦੀ ਐ ਤੁਸੀਂ ਦੇਖਦੇ ਜਾਇਓ ਕੱਢੂ ਜਲੂਸ ਉਹਦਾ ਮੈਂ ਕੱਲ ਨੂੰ ਜਲੂਸ ਆਹੋ ਓ ਫਿਰ ਤਾਂ ਤੂੰ ਸਦਾ ਆੜੀ ਹੋਇਆ ਲੈ ਹੁਣ ਬਣੂ ਗੱਲ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਸੀਂ ਪਾਰਟ 3 ਦੇ ਵਿੱਚ ਦੇਖਿਆ ਕਿ ਆਪਣਾ ਇਕੱਲਾ ਪਰਿਵਾਰ ਹੀ ਹੁੰਦਾ ਜਿਹੜਾ ਆਪਾਂ ਨੂੰ ਹਰ ਮੁਸ਼ਕਲ ਦੇ ਵਿੱਚ ਸਾਥ ਦਿੰਦਾ ਕਈ ਵਾਰ ਤਾਂ ਆਪਾਂ ਜਦੋਂ ਟੁੱਟ ਜਾਂਦੇ ਆ ਆਪਣਾ ਹੌਸਲਾ ਟੁੱਟ ਜਾਂਦਾ ਉਦੋਂ ਉਹੀ ਪਰਿਵਾਰ ਹੁੰਦਾ ਜਿਹੜਾ ਆਪਾਂ ਨੂੰ ਆਪਣੀਆਂ ਬਾਹਾਂ ਲੱਤਾਂ ਦਿਲ ਸਭ ਕੁਝ ਬਣ ਕੇ ਆਪਾਂ ਨੂੰ ਦੁਬਾਰੇ ਜਿਉਣਾ ਸਿਖਾਉਂਦਾ ਤੇ ਬੂਸਟ ਕਰਕੇ ਰੱਖਦਾ ਵੀ ਜ਼ਿੰਦਗੀ ਹਲੇ ਖਤਮ ਨਹੀਂ ਹੋਈ ਜ਼ਿੰਦਗੀ ਜਿਉਣਾ ਸ਼ੁਰੂ ਕਰ ਪਰ ਜਿਹੜਾ ਆਪਣਾ ਅਤੀਤ ਹੁੰਦਾ ਕਈ ਵਾਰ ਜਦੋਂ ਆਪਾਂ ਜ਼ਿੰਦਗੀ ਸ਼ੁਰੂ ਕਰਨ ਲੱਗਦੇ ਆ ਨਾ
एक बार फिर तो सारिया गलतियां भुला के सारा अपना जो भी अपन बाप किया सब कुछ बना के पर फिर भी वो अतीत अपन पिछे खिंच लैंदा। वीडियो तुसी देखिया भी फतेह दे नाल प्रीत ने दोबारा तो जिंदगी शुरू करन दा फैसला किया पर तुसी वीडियो च ये भी देखिया कि उहदा अतीत एक बार फिर तो उन्होंने सामने आके खड़ा हो गया कि फतेह हुण ओह सेमी ते टिड्डे दीआं गल्लां सुन के प्रीत दे नाल रिश्ता खत्म कर लूगा जां उन्हां दा रिश्ता एक नवा रूप लऊगा। जानने लिए अगला पार्ट जरूर देखियो ते थोनू की लगता है आपकी राय कमेंट दे विच जाके जरूर दिओ ते थोड़े कल्ले कल्ले कमेंट का रिप्लाई जरूर मिलेगा। ठीक है ते इंस्टा ते सानू फॉलो करना ना भुल्यो। लव यू। लाइक कमेंट शेयर करना ना भुल्यो। सबसक्राइब जरूर कर लियो सानू ताजो असी अगला पार्ट उन्नी जल्दी लेके आ सकीए। शुक्रिया।